ਸ਼ਿਵ ਕੇਦਰ ਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵਾਂਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਾਈਂ ਸਰਕਾਰ ਦਾ ਤਲਾਢੀਸ਼ਾ ਸਰਕਾਰ ਜੀ ਦਾ ਇੱਕ ਕਿੱਸਾ ਸਾਈਂ ਜੀ ਨੂੰ ਜਦੋਂ ਇੱਕ ਵਿਅਕਤੀ ਸਲਾਮ ਕਰਨ ਆਇਆ ਤਾਂ ਸਾਈਂ ਜੀ ਨੇ ਕੀ ਕੀਤਾ ਤੇ ਕਿਉਂ ਕੀਤਾ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੂਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਮਾਂ ਨਾ ਖਰਾਬ ਕਰਦੇ ਹੋ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਇੱਕ ਫਕੀਰਾਂ ਦਾ ਦਰਬਾਰ ਸੀ ਜਦੋਂ ਆਪਾਂ ਫਲੋਰ ਤੋਂ ਨਕੌਦਰ ਵੱਲ ਨੂੰ ਆਉਂਨੇ ਆ ਤਾਂ ਰਸਤੇ ਦੇ ਵਿੱਚ ਇਹ ਦਰਬਾਰ ਆਉਂਦਾ ਉੱਥੇ ਫਕੀਰ ਹੁੰਦੇ ਸੀ ਕਿਉਂਕਿ ਦਰਬਾਰਾਂ ਤੇ ਜੋ ਗੱਦੀ ਨਿਸ਼ੀਣ ਹੁੰਦੇ ਨੇ ਫਕੀਰ ਹੁੰਦੇ ਨੇ ਉਹ ਸੀਗੇ ਤੇ ਉਸ ਦਰਬਾਰ ਤੇ ਇੱਕ ਵਿਅਕਤੀ ਸਲਾਮ ਕਰਨ ਆਇਆ ਕਰਦਾ ਸੀ ਉਸ ਦਰਬਾਰ ਨਾਲ ਪਿਆਰ ਕਰਦਾ ਸੀ ਤਾਂ ਹਮੇਸ਼ਾ ਉਹ ਦਰਬਾਰ ਤੇ ਆਉਂਦਾ ਸੇਵਾ ਕਰਦਾ ਤਾ ਉੱਥੇ ਦੇ ਜੋ ਫਕੀਰ ਲੋਕ ਸੀ ਉਹਨਾਂ ਨੂੰ ਵੀ ਉਹਨਾਂ ਨਾਲ ਪਿਆਰ ਸੀ ਕਿ ਇੱਥੇ ਆਉਂਦਾ ਹੈ ਚਲੋ ਵਧੀਆ ਗੱਲ ਹੈ ਸਲਾਮ ਕਰਨ ਆਉਂਦਾ ਹੈ ਵਧੀਆ ਗੱਲ ਹੈ ਤਾਂ ਫਕੀਰ ਲੋਕ ਵੀ ਉਸ ਵਿਅਕਤੀ ਨਾਲ ਗੱਲਾਂ ਕਰਦੇ ਸੀ ਉਸ ਨੂੰ ਆਪਣਾ ਸਮਝਦੇ ਸੀ ਤਾਂ ਇੱਕ ਦਿਨ ਕੀ ਹੋਇਆ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਤਾਂ ਜਿਹੜਾ ਉੱਥੇ ਸੇਵਾਦਾਰ ਹੁੰਦਾ ਸੀ ਉਹਨੇ ਫਕੀਰ ਨੂੰ ਸਵਾਲ ਕੀਤਾ ਕਿ ਬਾਬਾ ਜੀ ਤੁਹਾਡੇ ਤੋਂ ਵੀ ਕੋਈ ਵੱਡਾ ਫਕੀਰ ਹੈ ਇੱਥੇ ਹੁਣ ਕੋਈ ਦਰਬਾਰ ਤੋਂ ਆਪਣੇ ਤੋਂ ਕੋਈ ਵੱਡਾ ਫਕੀਰ ਹੈ ਤਾਂ ਉਹ ਫਕੀਰ ਕਹਿੰਦੇ ਕਿ ਹਾਂ ਨਕੋਦਰ ਦੇ ਵਿੱਚ ਇੱਕ ਸਾਈ ਲਾਡੀ ਸ਼ਾ ਸਰਕਾਰ ਹੈ ਡੇਰਾ ਬਾਬਾ ਮੁਰਾਦ ਸ਼ਾ ਸਰਕਾਰ ਬੜੀਆਂ ਕਰਾਮਾਤਾਂ ਦੇ ਮਾਲਕ ਨੇ ਬੜੇ ਉੱਚੇ ਫਕੀਰ ਨੇ ਉਹਨਾਂ ਦੀ ਪਹੁੰਚ ਬੜੀ ਉੱਚੀ ਤੇ ਸੁੱਚੀ ਹੈ ਤਾਂ ਉਹ ਮਰੀਦ ਨੇ ਸੋਚਿਆ ਕਿ ਚਲੋ ਮੈਂ ਹੁਣ ਉੱਥੇ ਜਾਊਂਗਾ ਇੱਥੋਂ ਖੈਰ ਨਹੀਂ ਪਈ ਮੈਨੂੰ ਉੱਥੇ ਜਾਊਂਗਾ ਕਿਉਂਕਿ ਕੁਝ ਮੰਗਿਆ ਹੋਣਾ ਉਹ ਨਹੀਂ ਮਿਲਿਆ ਹੋਣਾ ਤਾਂ ਉਹਨੇ ਸੋਚਿਆ ਵੀ ਚਲੋ ਇੱਥੇ ਹੁਣ ਕੁਝ ਨਹੀਂ ਉੱਥੇ ਜਾਇਆ ਕਰਾਂਗੇ ਪਤਾ ਉਹਨਾਂ ਫਕੀਰਾਂ ਨੂੰ ਵੀ ਲੱਗ ਗਿਆ ਸੀ ਕਿ ਹੁਣ ਇਹ ਸਾਡੇ ਤੋਂ ਭੱਜੇਗਾ ਤਾਂ ਹੋਇਆ ਕਿ ਉਹ ਵਿਅਕਤੀ ਨੇ ਸੋਚਿਆ ਵੀ ਇੱਥੇ ਹੁਣ ਕੁਝ ਨਹੀਂ ਨਕੋਦਰ ਜਾਣੇ ਆ ਤਾਂ ਉਹ ਵਿਅਕਤੀ ਨਕੋਦਰ ਪਹੁੰਚਿਆ ਜਿੱਥੇ ਲਿਖਿਆ ਹੋਇਆ ਹੁਣ ਸ਼ਰਾਬ ਪੀਣਾ ਸਖਤ ਮਨਾ ਹੈ ਸਾਈਂ ਜੀ ਉੱਥੇ ਬੈਠੇ ਸੀ ਸਾਈਂ ਜੀ ਦੇ ਹੱਥ ਦੇ ਵਿੱਚ ਇੱਕ ਡੰਡਾ ਸੀ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖੇ ਹੋਗੇ ਸਾਈਂ ਜੀ ਦੇ ਹੱਥ ਦੇ ਵਿੱਚ ਇੱਕ ਡੰਡਾ ਹੁੰਦਾ ਤਾਂ ਸਾਈਂ ਜੀ ਸਾਰਿਆਂ ਨੂੰ ਸਭ ਨੂੰ ਪਤਾ ਸੀ ਸਾਈਂ ਜੀ ਸਭ ਕੁਝ ਜਾਣਦੇ ਸੀ ਦਰਬਾਰ ਤੇ ਜੋ ਵੀ ਵਿਅਕਤੀ ਆਉਂਦਾ ਸੀ ਕੀ ਲੈਣਾ ਆਇਆ ਕੀ ਇੱਥੇ ਦੇਣਾ ਆਇਆ ਕਿਵੇਂ ਆਇਆ ਕਿਹੜੇ ਮਨ ਨਾਲ ਆਇਆ ਸਾਈਂ ਜੀ ਸਭ ਕੁਝ ਜਾਣਦੇ ਹੁੰਦੇ ਸੀ ਤਾਂ ਉਹ ਵਿਅਕਤੀ ਨੇ ਜਦੋਂ ਦਰਬਾਰ ਦੇ ਅੰਦਰ ਐਂਟਰੀ ਕੀਤੀ ਤਾਂ ਸਾਈਂ ਜੀ ਨੇ ਉਹਨਾਂ ਨੂੰ ਉੱਥੇ ਹੀ ਰੋਕ ਲਿਆ ਸਾਈਂ ਜੀ ਨੇ ਗਾਲ ਕੱਢੀ ਪਹਿਲਾਂ ਲੰਮੀ ਸਾਰੀ ਜਦੋਂ ਸਾਈਂ ਜੀ ਨੇ ਗਾਲ ਕੱਢੀ ਤੇ ਸਾਈਂ ਜੀ ਨੇ ਗਾਲ ਕੱਢ ਕੇ ਕਿਹਾ ਕਿ ਇੱਥੋਂ ਪੁੱਠੇ ਪੈਰੀ ਮੁੜ ਜਾ ਉਹ ਵਿਅਕਤੀ ਹੈਰਾਨ ਕਿ ਸਾਈਂ ਜੀ ਨੇ ਮੈਨੂੰ ਗਾਲ ਕਿਉਂ ਕੱਢੀ ਤਾਂ ਸਾਈ ਜੀ ਨੇ ਜਦੋਂ ਗਾਲ ਕੱਢ ਕੇ ਕਿਹਾ ਕਿ ਪੁੱਠੇ ਪੈਰੀ ਮੁੜ ਜਾ ਤਾਂ ਸਾਈ ਜੀ ਨੇ ਉਹਨਾਂ ਨੂੰ ਕਿਹਾ ਕਿ ਅੱਜ ਤੂੰ ਸਾਡੇ ਕਰਕੇ ਉਹਨਾਂ ਨੂੰ ਛੱਡਿਆ ਹੈ ਜਿਨ੍ਹਾਂ ਨੂੰ ਤੈਨੂੰ ਇੰਨਾ ਕੁਝ ਦਿੱਤਾ ਇੰਨੀ ਕੁਝ ਖੈਰ ਭਈ ਉਹਨੂੰ ਛੱਡਿਆ ਤੇ ਕੱਲ ਜਦੋਂ ਸਾਡੇ ਤੋਂ ਕੋਈ ਉੱਚਾ ਮਿਲ ਗਿਆ ਤੇ ਸਾਨੂੰ ਛੱਡ ਜਾਏਗਾ ਇਹਨਾਂ ਦਰਬਾਰਾਂ ਤੇ ਇਸ਼ਕ ਚੱਲਦਾ ਹੈ ਸੌਦੇ ਬਾਜ਼ੀਆਂ ਨਹੀਂ ਚੱਲਦੀਆਂ ਹਾਂ ਜੇ ਤੂੰ ਆਪਣੇ ਪਹਿਲਾਂ ਫਕੀਰ ਕੋਲ ਜਾ ਕੇ ਸਲਾਮ ਕਰਦਾ ਫਿਰ ਇੱਥੇ ਸਲਾਮ ਕਰਨਾ ਆ ਜਾਂਦਾ ਕੋਈ ਗੱਲ ਨਹੀਂ ਸੀ ਪਰ ਤੂੰ ਮਨ ਦੇ ਵਿੱਚ ਇਹ ਲੈ ਕੇ ਆਇਆ ਕਿ ਹੁਣ ਉੱਥੇ ਕੁਝ ਨਹੀਂ ਤੇ ਹੁਣ ਜੇ ਤੈਨੂੰ ਉੱਥੇ ਕੁਝ ਨਹੀਂ ਮਿਲਦਾ ਤੇ ਫਿਰ ਤੈਨੂੰ ਇੱਥੋਂ ਵੀ ਕੋਈ ਖੈਰ ਨਹੀਂ ਪਾਉਣੀ ਤੁਰਿਆ ਫਿਰ ਬੇਸ਼ੱਕ ਤੁਰਿਆ ਫਿਰ ਫਿਰ ਇੱਥੇ ਵੀ ਕੋਈ ਖੈਰ ਨਹੀਂ ਪੈਣੀ ਸਾਈਂ ਜੀ ਕਹਿੰਦੇ ਹੁੰਦੇ ਸੀ ਕਿ ਸਲਾਮ ਸਭ ਨੂੰ ਕਰੋ ਪਰ ਖਸਮ ਇੱਕ ਹੀ ਹੁੰਦਾ ਹੈ ਖਸਮ ਇੱਕ ਹੀ ਬਣਾਇਆ ਜਾਂਦਾ ਹੈ ਵਾਰ-ਵਾਰ ਘਰ ਨਹੀਂ ਬਦਲੇ ਜਾਂਦੇ ਮਰਜ਼ੀ ਸਾਈਂ ਦੀ ਹੈ ਜਿੱਥੇ ਮਰਜ਼ੀ ਮੱਥਾ ਟਿਕਾਉਣਾ ਹੈ ਕਿੱਥੇ ਨਹੀਂ ਟਿਕਾਉਣਾ हां ਆਪਣੇ खसम ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਸਾਰੇ ਕਿਤੇ ਮੱਥਾ ਟੇਕੋ ਜਾ ਕੇ ਪਰ ਖਸਮ ਇੱਕੋ ਹੀ ਹੁੰਦਾ ਏਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕਾ ਦਰਵੇਸ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ ਮুরিਦ ਬੈਠੇ ਆ ਉਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਜੇਕਰ ਕੋਈ ਵੀਰ ਸਾਡੇ ਨਾਲ ਸਾਈਂ ਜੀ ਦਾ ਕਿੱਸਾ ਸਾਂਝਾ ਕਰਨਾ ਚਾਹੁੰਦਾ ਹੈ ਤੇ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦਾ ਹੈ ਜੀ ਧੰਨਵਾਦ ਬਹੁਤ ਬਹੁਤ